ਆਹ ਬਦਲਾ ਲਿਆ ਏ। ਕਹਿੰਦੇ ਬਦਲਾ, ਇੱਕ ਤਾਂ ਮੈਂ ਦੇਖਿਆ ਆਪਣੀ ਕੌਮ ਨੂੰ, ਜਿਹੜਾ ਵੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ, ਪਿਛੋਕੜ ਕੌਣ ਹੈ, ਉਹਨੇ ਕਰਨਾ ਕੀ ਹੈ। ਨਹੀਂ ਉਹਨੂੰ ਉਹਦੇ ਮਗਰ ਲੱਗ ਜਾਂਦੇ ਆ, ਜਿਹੜੇ ਆਪਣੇ ਆ ਉਹਨਾਂ ਨੂੰ ਆਪਾਂ ਭੁੱਲ ਜਾਂਦੇ ਹਾਂ। ਰੋਜ਼ ਤੁਸੀਂ ਅਰਦਾਸ ਕੀ ਕਰਦੇ ਹੈ, ਰਾਜ ਕਰੇਗਾ ਖਾਲਸਾ, ਅਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ, ਖਾਲਸੇ ਦਾ ਕਿੱਥੇ ਰਾਜ ਰਿਹਾ। ਜਿਵੇਂ ਮੁਗਲ, ਜਿਵੇਂ ਅੰਗਰੇਜ਼ ਆਪਣੇ ਦੇਸ਼ 'ਤੇ ਹਮਲਾ ਕਰਦੇ ਸੀ, ਉਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ 'ਤੇ ਹਮਲਾ ਕਰਦੀਆਂ, ਪੰਜਾਬ ਨੂੰ ਲੁੱਟ ਕੇ ਚਲੀ ਜਾਂਦੀਆਂ, ਅਤੇ ਜਿਹੜੀ ਆਪਣੀ ਫੌਜ ਹੈ ਉਸ ਤਰਫ ਤੁਸੀਂ ਧਿਆਨ ਦੇਣਾ ਹੀ ਨਹੀਂ, ਤੁਸੀਂ ਆਪਾਂ ਉਹਨੂੰ ਕਮਜ਼ੋਰ ਕਰਨਾ। ਅਸੀਂ ਜਿਉਣਾ ਮਰਨਾ ਇੱਥੇ ਹੈ, ਸਾਡੇ ਵਾਸਤੇ ਸਾਰਾ ਕੁਛ ਪੰਜਾਬ ਹੈ। ਅਸੀਂ ਰਾਤ ਨੂੰ ਸੋਚਦੇ ਹਾਂ, ਸੁਪਨੇ ਲੈਂਦੇ ਹਾਂ ਪੰਜਾਬ ਦੀ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜੀਵਨ ਬਾਰੇ ਤੁਹਾਨੂੰ ਬੱਚਾ ਬੱਚਾ ਜਾਣਦਾ। ਪਿਛਲੇ ਅਕਾਲੀ ਦਲ ਦੇ 103 ਸਾਲ ਦੇ ਇਤਿਹਾਸ ਵਿੱਚ 70 ਸਾਲ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸੇਵਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਤਿਹਾਸ ਵਿੱਚ ਤੁਸੀਂ ਦੇਖ ਲਓਗੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕੀਤੀ। 40 ਸਾਲ ਤੱਕ ਗਵਾਹੀ ਕੀਤੀ। ਤਾਂ ਕਹਿੰਦਾ ਖਾਲਸਾ ਜੀ, ਜੇ ਤੁਸੀਂ ਆਪਣੇ ਜਿੱਥੇ ਬੈਠੇ ਹੈ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ, ਕੋਈ ਚੀਜ਼ ਸਰਕਾਰੀ ਦੇਖ ਲਓ ਜਿਹੜੀ ਬਣੀ ਹੋਏ, ਜਾਂ ਕੋਈ ਹਸਪਤਾਲ ਜਾਂ ਕੁਛ ਵੀ ਚੀਜ਼ ਬਣੀ ਹੋਏ, ਪਤਾ ਕਰਾ ਲਿਓ ਉਸ ਪਿੰਡ ਤੋਂ ਜਾਂ ਕਿਸੇ ਤੋਂ ਬਣਾਈ ਹੋਣੀ ਆ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਅਤੇ ਹੋਰ ਕਿਸੇ ਦੀ ਨਹੀਂ ਹੈ। ਜੇ ਮਜੀਠੀਆ ਸਾਹਿਬ ਨੇ ਗੱਲ ਕੀਤੀ ਹੈ, ਲੱਡੂ ਵਾਲੇ ਤਾਂ ਖਤਮ ਹੀ ਕਰਤਾ ਪੰਜਾਬ, ਇੱਕ ਬਟਨ ਦੱਬਦੇ ਹੋ 5 ਸਾਲ ਭੁਗਤਦੇ ਹੋ, ਇੱਕ ਬਟਨ ਸਹੀ ਆਪਾਂ ਨਹੀਂ ਦੱਬਿਆ। ਪਿਛਲੇ 5 ਸਾਲ ਕਾਂਗਰਸ ਨੇ ਆਪਾਂ ਨੂੰ ਲੁੱਟਿਆ, ਪੰਜਾਬ ਬਰਬਾਦ ਕੀਤਾ, ਉਹਦੇ ਬਾਅਦ ਫਿਰ ਆਪਾਂ ਸਮਝੇ ਨਹੀਂ, ਫਿਰ ਤੋਂ ਬਟਨ ਦਬਾਤਾ, ਆ ਗਏ। ਦੇਖੋ ਆਪਣੇ ਪੰਜਾਬ, ਫਿਰ ਆਪਾਂ ਕਹਿੰਦੇ ਪੰਜਾਬ ਪਿੱਛੇ, ਕੌਮ ਪਿੱਛੇ ਹੈ, ਤਾਂ ਹੀ ਉਹ ਮੁੰਡੇ ਬੱਚੇ ਬਾਹਰ ਭੱਜ ਰਹੇ, ਇੱਥੇ ਹੈ ਹੀ ਨਹੀਂ ਕੁਛ।